ਹੈਲੋ ਜੀ, ਪਵਨ ਦੀ ਅੱਜ ਤੁਹਾਨੂੰ ਦੱਸਣਗੇ, ਅੱਜ ਵਲੌਗ ਸਟਾਰਟ ਕਰਨਾ ਪਵਨ ਦੀ ਨੇ। ਕਹਿਣਗੇ ਹਰਮਨ ਕੀ ਪਾਈ ਫਿਰਦੇ ਤੇ ਪਵਨ ਦੀ ਕੀ ਪਾਈ ਫਿਰਦੇ। ਪਵਨ ਕੀ ਬਣਨਾ ਅੱਜ ਤੁਸੀਂ? ਅੱਜ ਚੱਲੀਆਂ ਤੀਆਂ ਤੇ ਅੱਜ ਨਹੀਂ ਨਹੀਂ ਪਹਿਲਾਂ ਦੱਸੋ ਸਿੱਧਾ ਕੀ ਬਣਨਾ ਅੱਜ? ਜੱਜ ਬਣ ਜੱਜ ਬਣ ਮੰਮੀ ਕਹੇ ਤੂੰ ਜੱਜ ਲੱਗੀ ਆਏ ਸੱਚੇ ਜੱਜ ਬਣਨਾ ਹਨਾ। ਮੈਂ ਜੱਜ ਬਣਨਾ ਔਖਾ ਕੰਮ ਆ ਵੈਸੇ ਤਾਂ। ਹਾਂ ਸਾਰਿਆਂ ਨੂੰ ਸਿਲੈਕਟ ਕਰਨਾ ਅੱਜ ਮਿਸ ਸੁਹਾਣੀ, ਉੱਥੇ ਜਾ ਕੇ ਪਤਾ ਲੱਗੂ ਵੈਸੇ। ਓਕੇ ਤੀਆਂ ਤੇ ਕੁੜੀਆਂ ਜਿਵੇਂ ਪਾਰਟਿਸਿਪੇਟ ਕਰਨਗੇ ਕਿੰਨੀਆਂ, ਦੇਖੋ ਪਤਾ ਲੱਗਦਾ ਵੀ ਉਹਨਾਂ ਚ ਚੁਣਨਾ ਵੀ ਪਵਨਦੀ ਨੂੰ ਆਪਾਂ ਥੋੜਾ ਜਿਹਾ ਰੈਡੀ ਕਰਨਾ ਸੀਗਾ ਤੇ ਪਵਨਦੀ ਨੇ ਹੁਣ ਇਹਨਾਂ ਨੇ ਪਰਾਂਦੀ ਪਾਉਣੀ ਆ। ਆ ਪਈ ਆ ਪਰਾਂਦ, ਅੱਛਾ ਪਰਾਂਦੀ ਥੱਲੇ ਆ ਅੱਡ ਅੱਡ ਗੱਡੀ ਪਈ ਆ ਫਿਰ ਇੰਨੇ ਬੈਠੀ ਚੜਾਵਾਂਗੇ। ਅੱਛਾ ਬਾਅਦ ਮੈਨੂੰ ਮਾਨਤ ਵਾਲੀ ਲੱਗਦੀ ਆ। ਅੱਛਾ ਹਲਕੀ ਵਾਲੀ ਆ ਨਾ। ਪਵਨ ਦਾ ਸੈੱਟ ਪਿਆ ਤੇ ਆ ਵੀ ਵਿੱਚ ਪਾਉਣੀ ਹੈ, ਗੁੱਤ ਪਾਉਣੀ ਹੈ ਤੇ ਉੱਤੇ ਗੋਟਾ ਲਾਉਣਾ। ਲਓ ਜੀ ਹੁਣ ਪਵਨ ਦੀ ਦੇ ਪਾ ਦੇ ਯੈਲੋ ਯੈਲੋ ਸੂਟ, ਪਵਨ ਦੀ ਪਾ ਕੇ ਆ ਗਿਆ। ਠੀਕ ਆ ਜੱਜ, ਜੱਜ ਸਾਰਾ ਕੁਛ ਪਾ ਕੇ ਆ ਗਿਆ ਤੇ ਜੱਜ ਨੂੰ ਰੈਡੀ ਕਰ ਦਿੱਤਾ। ਫਿਰ ਉੱਥੇ ਜਾ ਕੇ ਹੁਣ ਤੀਆਂ ਦਾ ਜੇ ਅਸੀਂ ਗਏ ਤਾਂ ਪਵਨ ਦੀ ਤਾਂ ਦਿਖਾਵਾਂਗੇ, ਨਹੀਂ ਤਾਂ ਫਿਰ ਅਸੀਂ ਜੇ ਗਏ ਤਾਂ ਪਵਨ ਦੀ ਆਵਾਂਗੇ ਜੇ ਮੇਰੇ ਕੋਲ ਤਾਂ ਕਲਾਇੰਟ ਦਾ ਟਾਈਮ ਡਨ ਕਰਕੇ ਸ਼ੁਰੂ ਹੋ ਗਿਆ ਸਾਡੇ ਤੇ। ਫਿਰ ਤਾਂ ਠੀਕ ਆ, ਫਿਰ ਤਾਂ ਮੇਰੇ ਤੱਕ ਕਲਾਇੰਟ ਡਨ ਹੋ ਜਾਣਗੇ, ਉਦੋਂ ਤੱਕ ਸਾਰੇ ਆ ਜਾਣਗੇ ਨਾ, ਆ ਜਾਣਗੇ ਹੋਰ ਨੇ ਵੀ ਆਉਣਾ ਹਨਾ। ਹਾਂ ਨਹੀਂ ਨਹੀਂ ਗੁੱਡ। ਚਲੋ ਗਾਇਸ ਪਵਨ ਦੀ ਨੂੰ ਤਿਆਰ ਕਰਦੀ ਹੈ, ਡਨ। ਪਵਨ ਦੀ ਦੇ ਪਰਾਂਦੀ ਪਾਤੀ ਆ। ਮੈਂ ਕਿਹਾ ਪਵਨ ਦੀ ਰੱਖੜੀਆਂ ਦੇਣਾ ਆ ਜੋ, ਮੈਂ ਕਿਹਾ ਕਿਤੇ ਅਗਲਾ ਕਹੂਗਾ ਪਰਾਂਦੀ ਪਰੂੰਦੀ ਪਾ ਕੇ ਰੋਟੀ ਖਾਓ। ਚਲੋ ਉੱਪਰ ਥੋੜੀ ਬਣੀ ਪਈ। ਚਲੋ ਬਈ ਮੈਂ ਵੀ ਆਪਦਾ ਸਮਾਨ ਜਿਹਾ ਚੱਕਣਾ ਸੀਗਾ ਤੇ ਲੈ ਕੇ ਜਾਣਾ। ਮੈਂ ਨਾ ਆਹ ਵਾਲਾ ਸੂਟ ਸੋਚਿਆ ਹੁਣ ਤੀਆਂ ਤੇ ਪਾਉਣ ਨੂੰ, ਤੇ ਅੱਜ ਸ਼ਾਮ ਨੂੰ ਵੀ ਇਹੀ ਸੂਟ ਪਾ ਲੈਣਾ ਰੱਖੜੀਆਂ ਤੇ। ਅਤੇ ਮੈਂ ਕਿਹਾ ਵੀ ਆਹੀ ਸੂਟ ਪਾ ਲੈਣੇ, ਇਹਦੇ ਨਾਲ ਮਜੰਟਾ ਜਾਂ ਦੁਪੱਟਾ ਆ। ਅਤੇ ਮੇਰੇ ਸਾਰੇ ਕਲਾਇੰਟ ਚਲੇ ਗਏ ਸੀਗੇ, ਹੁਣ ਮੈਂ ਆਪਦਾ ਰੈਡੀ ਹੋਣ ਲੱਗੀ ਹਾਂ। ਵਿੱਚ ਹੀ ਅੱਜ ਰੱਖੜੀਆਂ ਨੇ, ਵਿੱਚ ਹੀ ਤੀਆਂ, ਸਾਰਾ ਕੁਛ ਮਤਲਬ ਇਕੱਠਾ ਹੀ ਹੋ ਗਿਆ। ਤੀਆਂ ਤੋਂ ਆ ਕੇ ਅਸੀਂ ਰੱਖੜੀਆਂ ਦਾ ਵੀ ਕਰਨਾ, ਤੁਹਾਨੂੰ ਪਤਾ ਫਿਰ ਬਿਜ਼ੀ ਬਹੁਤ ਹੋ ਜਾਵਾਂਗੇ। ਹੁਣ ਛੇਤੀ ਛੇਤੀ ਚੱਲੀਏ, ਪਹਿਲਾਂ ਤੀਆਂ 'ਤੇ ਚੱਲਦੇ ਹਾਂ ਅਤੇ ਸੂਟ ਸਾਟ ਪਾ ਕੇ ਰੈਡੀ ਸ਼ੈਡੀ ਹੋ ਕੇ ਨਾਲੇ ਤੁਹਾਨੂੰ ਪਵਨ ਦੀ ਹੋਰਾਂ ਦੀ ਪਰਫਾਰਮੈਂਸ ਜਿਹੜਾ ਵੀ ਉਹ ਕਰਨਾ, ਜਿਵੇਂ ਜੱਜ ਬਣੇ ਆ ਉੱਥੇ ਬੋਲਣਾ ਕਰਨਾ, ਉਹ ਤੁਹਾਨੂੰ ਸਾਰਾ ਕੁਛ ਦਿਖਾਉਂਦੇ ਹਾਂ। ਕਲਾਇੰਟ ਕਰਦੀ ਕਰਦੀ ਨੇ ਮੈਨੂੰ ਫਿਰ ਕਾਫੀ ਟਾਈਮ ਲੱਗ ਗਿਆ ਸੀ, ਮੈਂ ਬਹੁਤ ਛੇਤੀ ਛੇਤੀ ਰੈਡੀ ਹੋ ਗਈ ਹਾਂ। ਸੋਹਣਾ ਜਿਹਾ ਮੈਂ ਮੇਕਅਪ ਕਰ ਲਿਆ, ਇਕੱਲੇ ਏਅਰਿੰਗਸ ਪਾਏ ਨੇ, ਕੋਈ ਨੈਕਲੈਸ ਨਹੀਂ ਪਾਇਆ। ਅਤੇ ਸੂਟ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਇਹ ਸੂਟ, ਦੀ ਬੁਟੀਕ ਦਾ ਨੇਮ ਵੀ ਮੈਂ ਮੈਂਸ਼ਨ ਕਰੂੰਗੀ ਤੁਹਾਡੇ ਨਾਲ। ਆਏ ਹਾਏ ਦਾਦੀ ਪੁੱਤੀ ਨੂੰ ਸੱਸ ਦੇ ਮੈਚਿੰਗ ਕਰਕੇ ਅਸੀਂ ਚੱਲੇ ਆ ਤੀਆਂ ਤੇ। ਚਲੋ ਲੈਟਸ ਗੋ ਅੱਜ। ਅੱਛਾ ਧਿਆਨ ਇਹ ਪਾਰਸ਼ੈਲਿਟੀ ਨਾ ਹੋਵੇ ਤੇ ਸਾਰਿਆਂ ਦਾ ਸਭ ਕੁਛ ਹੀ ਦੇਖਿਆ ਜਾਵੇ, ਜੋ ਵੀ ਟੈਲੈਂਟ ਉਹਨਾਂ ਨੇ, ਜੋ ਵੀ ਬੋਲੀ ਪਾਈ ਹੈਗੀ ਆ, ਕਿੰਨੇ ਟਾਈਮ। ਕਰਮਜੀਤ 75 ਜ਼ੋਰਦਾਰ ਤਾਲੀਆਂ। ਸੌਣ ਮਹੀਨੇ ਘਟਾਂ ਕਾਲੀਆਂ, ਸੌਣ ਮਹੀਨੇ ਘਟਾਂ ਕਾਲੀਆਂ, ਅੰਬਰਾਂ ਦੇ ਵਿੱਚ ਛਾਈਆਂ, ਨੀਲੇ ਪੀਲੇ ਲਾਲ ਦੁਪੱਟੇ, ਨੀਲੇ ਪੀਲੇ ਲਾਲ ਦੁਪੱਟੇ, ਪੈਰੀ ਝਾਂਜਰਾਂ ਪਾਈਆਂ, ਸੱਗੀ ਫੁੱਲ ਸਿਰਾਂ ਤੇ ਸੌਂਦੇ, ਸੱਗੀ ਫੁੱਲ ਸਿਰਾਂ ਤੇ ਸੌਂਦੇ, ਬਾਣੇ
ਮਾਣ ਮੁਟਿਆਰਾ ਆਈਆਂ ਤੀਆਂ ਤੀਜ ਦੀਆਂ ਐਡਮਿੰਟਨ ਦੇ ਵਿੱਚ ਲਾਈਆਂ ਤੀਆਂ ਤੀਜ ਦੀਆਂ ਐਡਮਿੰਟਨ ਦੇ ਵਿੱਚ ਲਾਈਆਂ ਤੀਆਂ ਤੀਜ ਦੀਆਂ ਮੈਂ ਐਕਚੁਅਲੀ ਪਹਿਲਾਂ ਆਪਣਾ ਨਾਮ ਗਿੱਧਾ ਜ਼ਰੂਰ ਪਾਓ ਬਈ ਪਲੀਜ਼ ਤੇ ਇੱਕ ਬੇਨਤੀ ਆ ਤੁਹਾਡੇ ਅੱਗੇ ਪੜੇ ਪਾਵੇ ਬਈ ਸੌਣ ਵੀ ਪਾਦੋ ਚੰਦਰੀ ਵੀ ਛੋੜੇ ਪਾਵੇ ਬਈ ਸੌਣ ਵੀਰ ਕੱਠੀਆਂ ਕਰੇ ਦੇਖੋ ਜੀ ਡਾਇਮੰਡ ਦੀ ਰਿੰਗ ਕੱਢਣ ਜਾ ਰਹੇ ਆ ਤੇ ਤੁਸੀਂ ਸਾਡੇ ਥੋੜੇ ਜਿਹੇ ਤਾਂ ਹੌਸਲਾ ਵਧਾਈ ਕਰੋ ਜ਼ੋਰਦਾਰ ਹੋਣੀਆਂ ਚਾਹੀਦੀਆਂ ਤਾੜੀਆਂ ਜੀ ਜ਼ੋਰਦਾਰ ਤਾੜੀਆਂ ਹਾਂਜੀ ਰੂਪ ਜੀ ਸਪਿਨ ਕਰ ਦੋ ਚੰਗੀ ਤਰ੍ਹਾਂ ਦੇਖੀਏ ਕਿਹਨਾਂ ਦੀ ਕਿਸਮਤ ਜਾਗਦੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨੀ ਫਿਰ ਵੀ ਇਹ ਘਰ ਵਾਲੇ ਨੇ ਰਿੰਗ ਦਿੱਤੀ ਸੀ ਡਾਇਮੰਡ ਦੀ ਚੰਗੀ ਨੀਂਦ ਨਾਲ ਹੀ ਦਿੱਤੀ ਸੀ ਹਾਂਜੀ ਹੁਣ ਬੋਲੀ ਸੁਣਾ ਦੋ ਜੀ ਕਹਿੰਦੇ ਮੇਰੇ ਗਲਾ ਸੁੱਕ ਗਿਆ ਰਿੰਗ ਦੇਖ ਕੇ ਨਾ ਸਾਹ ਲੈ ਲਾ ਜਿਹੜਾ ਥੋੜਾ ਜਿਹਾ ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਦੀ ਆਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਦੀ ਆਈ ਬਾਬਾ ਸਾਰਾ ਪ੍ਰੋਗਰਾਮ ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰ ਮਿੰਦੀ ਆਉਣਾ ਜਾਣਾ ਉਹਦਾ ਕੰਮ ਸਰਕਾਰ ਮੇਰਾ ਤਾਂ ਬੰਦੜਾ ਹਾਲ ਮਾਏ ਮੇਰੀ ਦੱਸ ਕਿਤਾ ਕਟਾ ਰੁਮਾਲ ਮਾਏ ਮੇਰੀ ਦੱਸ ਕਿਤਾ ਕਟਾ ਥੈਂਕ ਯੂ ਜੀ ਥੈਂਕ ਯੂ ਹਾਂਜੀ ਖੁਸ਼ ਹੋ ਤੁਸੀਂ ਬਹੁਤ ਜੰਮੇ ਜਮ ਜਮ ਭਰੀ ਰਸੋਈ ਸੱਸ ਮੇਰੀ ਨੇ ਮੰਡੇ ਜੰਮੇ ਜਮ ਜਮ ਭਰੀ ਰਸੋਈ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ ਵੈਰੀ ਨਾਈਸ ਵੈਰੀ ਨਾਈਸ ਬੋਲੀ ਬਹੁਤ ਹੈ ਜੀ ਕੁੰਡਦਾ ਇੱਥੇ ਕਮਕੀ ਕਿਤੇ ਵਿੱਚ ਕੁੰਡਦਾ ਇੱਥੇ ਕਮਕੀ ਕਿਤੇ ਵਿੱਚ ਇੱਥੇ ਤੇਰੇ ਹਾਣੀ ਨੀਜਾਂ ਕੁੰਡ ਕੱਢਦੀ ਬਹੁਤੀ ਸੋਹਣੀ ਜਾਂ ਕੁੰਡ ਕੱਢਦੀ ਬਹੁਤੀ ਸੋਹਣੀ ਜਾਂ ਕੁੰਡ ਕੱਢਦੀ ਕਾਣੀ ਨੀ ਤੂੰ ਤਾਂ ਦੱਸੇ ਮੈਨੂੰ ਨਿਰੀ ਸ਼ਕੀਨਣ ਤੂੰ ਤਾਂ ਦੱਸੇ ਮੈਨੂੰ ਨਿਰੀ ਸ਼ਕੀਨਣ ਕੁੰਡ ਚੋਂ ਅੱਖ ਪਛਾਣੀ ਨੀ ਨੱਚ ਲੈ ਹਾਣ ਦੀ ਜਗਦੇ ਦੀ ਰਾਣੀ ਨੀ ਨੱਚ ਲੈ ਹਾਣ ਦੀ ਬਣ ਜਗਦੇ ਹਾਂਜੀ ਬਸ ਜੀ ਹੁਣ ਅਸੀਂ ਓਪਨਿੰਗ ਕਰ ਰਹੇ ਹਾਂ ਜੋੜੇ ਜੰਮੇ ਇੱਕ ਨਾ ਇੱਕ ਕਾਣਾ ਇਹ ਕੀ ਰੌਣਕ ਮੇਲਾ ਨਹੀਂ ਪੈਂਦਾ
ਹੈਲੋ, ਸਤਿ ਸ੍ਰੀ ਅਕਾਲ। ਮੈਂ ਸਾਰਿਆਂ ਨੂੰ ਕਹਿੰਦੀ ਹਾਂ, ਸਾਡੇ ਜੱਜ ਸਾਹਿਬ ਪਿੰਡ ਦੇ ਕਲਾਕਾਰ, ਇਹਨਾਂ ਵਾਸਤੇ ਵੀ ਮੈਂ ਬਹੁਤ ਧੰਨਵਾਦ ਕਰਦੀ ਹਾਂ। ਸਾਡੇ ਪਿੰਡ ਦੀ ਤਰੱਕੀ ਵਧਾਈ ਇਹਨਾਂ ਨੇ। ਹੁਣ ਮੈਂ ਇਹਦੇ ਬੋਲੀ ਪਾਉਣੀ ਹੈ ਇਹਦੇ ਵਾਸਤੇ। ਹੈਲੋ, ਚੁੱਪ ਕੀਤੀ ਦੀ ਤੂੰ ਜੰਮੀ ਜਾਈ ਪਾਵਣ, ਚੁੱਪ ਕੀਤੀ ਦੀ ਤੂੰ ਜੰਮੀ ਜਾਈ, ਨੀ ਅਚਰ ਵਾਲ ਵਿਆਹੀ ਲੀ ਬਟ ਨੀ ਹੈਪੀ ਦੀ ਤੂੰ ਨਾਰ ਸੁਣੀ ਦੀ, ਹੈਪੀ ਦੀ ਤੂੰ ਨਾਰ ਸੁਣੀ ਦੀ, ਕਾਲੇ ਦੀ ਪਰਜਾਈ ਦੀ ਆਸਾ ਤੱਕਦੇ ਨੂੰ ਬੋਤਲ ਵਰਗੀ ਥਾਈ ਲੀ, ਆਸਾ ਤੱਕਦੇ ਨੂੰ ਬੋਤਲ ਵਰਗੀ ਥਾਈ। ਤੇਰੇ ਕੁਰੇ ਹੁਣ ਢਾਲ ਦੀ ਜਵਾਨੀ ਤੇਰੀ, ਲੋਹੇ ਦੇ ਕੁੰਡੇ ਦੋ, ਪਿੱਤਲ ਦੇ ਕੁੰਡੇ ਦੋ, ਲੋਹੇ ਦੇ ਕੁੰਡੇ ਲੈ ਗਈ ਚੰਦਰੀ ਕਨੇਡਾ, ਸਾਰੇ ਛਾਂਟ ਕੇ ਮੁੰਡੇ ਰੀ ਕਨੇਡਾ, ਸਾਰੇ ਛਾਂਟ ਕੇ ਮੁੰਡੇ ਲੈ ਗਈ ਚੰਦਰੀ ਕਨੇਡਾ, ਸਾਰੇ ਛਾਂਟ ਕੇ ਮੁੰਡੇ ਤੇਰਾ ਦੇ ਤੇਰੀ ਮੁਟਿਆਰੇ ਲੰਬੀ ਬਾਹ ਕਰਕੇ, ਤੇਰੀ ਮੁਟਿਆਰੇ ਲੰਬੀ ਬਾਹ ਕਰਕੇ। ਮੇਰੀ ਮਾਮੀ ਬੜੀ ਸ਼ਕੀਨ ਲਾਉਂਦੀ ਪਾਊਡਰ ਤੇ ਕਰੀ, ਜੁੱਤੀ ਪਾਉਂਦੀ ਬੜੀ ਸ਼ਕੀਨ, ਜੁੱਤੀ ਪੀਚੂ ਪੀਚੂ ਨੀ ਤੁਰਦੀ ਠੁੰਮਕ ਠੁੰਮਕ, ਜੁੱਤੀ ਪੀਚੂ ਪੀਚੂ ਨੀ ਤੁਰਦੀ ਠੁੰਮਕ ਠੁੰਮਕ। ਹਲੇ ਘਰੇ ਬੜੇ ਬਾਅਦ 'ਚੋਂ ਸੀਗੇ, ਸਾਰੇ ਰਿਸ਼ਤੇਦਾਰ ਆ ਗਏ। ਫਿਰ ਮੈਂ ਧਰ ਲਈ ਚਾਹ, ਆਪਾਂ ਧਰੀ ਆ ਲੈਚੀਆਂ ਲੂਚੀਆਂ ਪਾ ਕੇ ਆਪਾਂ ਬਣਾਉਣ ਲੱਗੇ ਹਾਂ ਚਾਹ। ਹਲੇ ਤਾਂ ਪਾਣੀ ਗਰਮ ਧਰਿਆ, ਆਪਾਂ ਰਿਸ਼ਤੇਦਾਰਾਂ ਨੂੰ ਸੱਦ ਲਈ ਅੰਦਰ। ਹਾਂਜੀ, ਆ ਗਏ ਅਸੀਂ ਪਿੰਡ ਵਾਲੀ ਡੰਡੀ ਤੋਂ। ਮੈਂ ਕਿਹਾ ਪਿੱਛੋਂ ਦੀ ਆਉਂਦੇ ਨੇ ਬੰਦੇ। ਅਸੀਂ ਬੈਗ ਲੈ ਕੇ ਪਿੰਡ ਵਾਲੀ ਡੰਡੀ ਤੋਂ ਅਸੀਂ ਰੱਖੜੀ ਬੰਨਣ ਆਏ ਆ। ਠੀਕ ਆ ਠੀਕ ਆ। ਚੁੱਪ ਕੀਤੀ ਵਾਲੀ ਜਿਹੜੀ ਪਈ ਅੱਡੇ, ਆਏ ਹਾਏ ਹਾਏ ਹਾਏ। ਅੱਛਾ, ਡੈਡੀ ਜੀ ਨਾਲ ਆਈ, ਮੈਂ ਕਹਿੰਦਾ ਕੱਲੀ ਨੇ ਜਾਣਾ ਨਹੀਂ ਬਸ। ਆ ਠੀਕ ਆ ਠੀਕ, ਬਸ ਤੇ ਕੱਲੀ ਅੱਡੇ ਤੇ ਤੈਨੂੰ ਚੜਾਉਣ ਆਏ ਸੀ, ਨਾਲ ਛੱਡਣ ਆਏ ਨੇ। ਦੂਰ ਲਾ ਦਿੰਦੀ ਬਸ, ਦੂਰ ਲਾ ਦਿੰਦੀ। ਮਾਸੜ ਜੀ ਵੀ ਤਾਂ ਤੁਰਕੀ, ਮਾਸੜ ਜੀ ਦਾ ਸਤਿ ਸ੍ਰੀ ਅਕਾਲ। ਨਾ ਸਾਨੂੰ ਕੋਈ ਪਿੰਡ ਦਾ ਮਿਲਿਆ ਵੀ ਜਿਹੜਾ ਰਾਈਡ ਦੇ। ਆ ਪਿੰਡ ਦੇ ਬੈਠੇ, ਉਧਰ ਬੈਠੇ ਬੰਦੇ, ਇਸ ਵੇਲੇ ਕੋਈ ਮਿਲਦਾ ਹੀ ਨਹੀਂ ਗਾ। ਚਲੋ ਚਲੋ, ਮੈਂ ਤਾਂ ਗੇਟ ਰੋਕ ਕੇ ਖੜ ਗਈ। ਮੈਂ ਤਾਂ ਨੀਤ ਵਨੀਤ ਆਈਆਂ ਹੋਈਆਂ ਆ। ਫੋਨ ਆ ਜਾਂਦਾ, ਅੱਛਾ ਦੇਖ ਲਈਆਂ। ਰੱਖੜੀ ਬੰਧਨ ਆ ਗਏ ਬਾਈ। ਪਕੌੜੇ ਦੇ ਸਮੋਸੇ ਲਿਆਂਦੇ। ਦਿਲੇ ਪੰਜਾਬ ਦੇ ਜਿਹੜੀ ਕਿਵੇਂ ਫਿਰ ਰੱਖੜੀਆਂ ਦੀ ਤਿਆਰੀਆਂ ਪੂਰੀਆਂ ਹੋ ਗਈਆਂ? ਹੈਂ ਭੈਣ ਆਈ ਆ ਰੱਖੜੀ ਬੰਨਣ। ਅੱਛਾ, ਪੂਰਾ ਖੁਸ਼ ਆ, ਪੂਰਾ ਖੁਸ਼ ਆ। ਲੈ ਦੱਸੋ ਭੈਣਾਂ ਉਹ ਖੜੀਆਂ ਨੇ, ਭੈਣੋ ਤੁਸੀਂ ਉਹ ਜਿਹੜੀ ਕਹਿੰਦੇ ਬਹੁਤ ਖੁਸ਼ ਆ, ਮੇਰੇ ਭੈਣਾਂ ਰੱਖੜੀ ਬੰਧਨ ਆਈਆਂ ਨੇ। ਪਵਨ ਸਿੰਘ ਦੇ ਕੇ ਸਮੋਸੇ ਪਕੌੜਾ ਵੀ ਖਾ ਰਹੇ ਸੀ, ਜਿਵੇਂ ਚਿਕਨ ਨਹੀਂ ਖਾਂਦੇ।
ਸੈਂਡੀ ਜੀ ਨੇ ਮੈਡੀਕਲ ਭੇਜਦੇ ਪਾਵਾਂ ਤਾਂ ਲਾਈ ਬੰਨਣਗੇ ਹੈ ਫਿਰ ਲਾਈ ਮੈਂ ਤਾਂ ਸੋਹਣੀ ਜੀ ਪਲੇਟ ਆਉਂਗੇ ਅਗਲੇ ਸਾਲ ਲਾਈ ਬੰਨਣ ਹੋਣਾ ਫਿਰ ਟਕਣਾ ਫਿਰ ਟਕਣਾ ਲਾਈ ਮੈਂ ਵੀ ਸੈਂਡੀ ਜੀ ਰੱਖੜੀ ਦੇਖ ਲੈ ਜਿਹੜੀ ਰੱਖੜੀ ਥੋੜੀ ਆ ਸੈਂਡੀ ਜੀ ਨੇ ਦਿੱਤੀ ਚਾਕਲੇਟ ਹੁੰਦਾ ਜਿਹੜਾ ਹਰ ਵਾਰ ਦਿੰਦੇ ਹੁੰਦੇ ਆ ਪਤਾ ਕਿਸੇ ਨੂੰ ਫੋਟੋ ਕੀ ਪਤਾ ਬੜਾ ਡਿਫਰੈਂਟ ਆ ਦੇ ਸਕਦਾ ਮੇਰੇ ਅਮਰੀਕਾ ਵਾਲਿਆਂ ਦੀ ਆ ਪਰਪਲ ਕਲਰ ਦੀ ਫਿਰ ਕਲਰ ਵਾਲਾ ਸੀ ਕੈਨੇਡਾ ਦਾ ਲਾਲ ਲੂੜੀ ਰਹੇ ਚੱਕੀ ਲਾਲ ਜੀ ਸਾਰੇ ਕੋ ਲਾਲ ਹੀ ਆ ਲਾਲ ਹੀ ਆ ਬਸ ਇੱਥੇ ਤਾਂ ਅਸੀਂ ਤਾਂ ਹਜੇ ਰੈੱਡ ਰੁੱਡ ਚ ਹੀ ਨਿਕਲੇ ਹੀ ਨਹੀਂ ਇਹ ਹੁੰਦੇ ਪਰਪਲ ਵਾਲੇ ਹਾਂ ਸਹੀ ਗੱਲ ਆ ਪਾਪਾ ਦੀ ਨਾ ਸਾਰੇ ਰੱਖੜੀਆਂ ਇਕੱਠੀਆਂ ਕਰਦੀਆਂ ਹੈ ਦੇਖ ਆਸਕਰ ਦੀ ਤੇ ਰਣਫਤੇ ਦੀ ਆਸਕਰ ਦੀ ਤੇ ਰਣਫਤੇ ਦੀ ਠੀਕ ਆ ਆ ਹੈਗੀ ਅਰਨਵ ਦੀ ਅਰਨਵ ਦੀ ਹਾਂ ਤੇ ਆ ਸੈਂਡੀ ਬੰਨ ਨੂੰ ਗੋਪੀ ਦੇ ਦੀ ਆ ਅਮਰਤਪਾਲ ਵੀ ਦਾ ਤੇ ਪਲੇਟਾਂ ਦਾ ਲਗਾ ਰਣਫਤੇ ਦੀ ਅੱਛਾ ਸੈਂਡੀ ਦੀ ਨਹੀਂ ਕਾ ਭੇਜੇ ਵੀ ਹਰ ਵਾਰੀ ਭੇਜ ਦਿੰਦੇ ਨੇ ਹਾਂ ਬਈ ਜਿੰਨਾ ਦਿਖਾਇਓ ਕੀ ਲਿਖਿਆ ਹੈ ਸਟੇ ਕੂਲ ਬ੍ਰੋ ਉਹ ਕਹਿੰਦੇ ਨੇ ਪਤਾ ਨਾ ਜਿਹੜੀ ਗਰਮ ਰਹਿੰਦਾ ਕਹਿੰਦੇ ਸਟੇ ਕੂਲ ਕਹਾ ਕਿ ਤੇ ਪਵਨ ਦੀ ਅੱਗੇ ਲਾਂਗੇ ਦੀ ਦੀਪਾ ਤੂੰ ਪਤਾ ਨੰਬਰ ਲੈ ਲਿਆ ਉਸ ਤੋਂ ਜ਼ਿਆਦਾ ਵਾ ਹਾਂ ਉਹ ਤਾਂ ਜ਼ਿਆਦਾ ਵੀ ਆ ਵੀ ਦੇਖ ਕਿੰਨੀ ਸੋਹਣੀ ਤੇ ਆ ਤੁਹਾਡੇ ਕੋਲ ਬਰਾ ਫੁੱਲਾਂ ਵਾਲੀ ਹੈ ਨਹੀਂ ਦੀਪਾ ਦੀ ਤੁਸੀਂ ਇਧਰ ਨੰਬਰ ਕੱਟ ਲਏ ਤੇ ਇਹ ਚ ਨੰਬਰ ਵੱਧ ਚੱਕ ਲਏ ਤੇ ਤੁਹਾਡਾ ਮੈਚ ਡਰਾ ਹੋ ਗਿਆ ਦੀਪਾ ਦੀ ਤੇ ਪਵਨ ਦੇ ਦਾ ਅੱਛਾ ਤੁਸੀਂ ਤਾਂ ਬੜੀਆਂ ਸੋਹਣੇ ਸੋਹਣੇ ਰੱਖੜੀਆਂ ਲਿਆ ਆ ਮੇਰੀਆਂ ਦੇਖ ਲਓ ਓਕੇ ਮੇਰੀ ਹਲੇ ਇੱਕ ਹੋਰ ਆ ਇਹ ਜੈਸਕਾ ਜੀ ਨੇ ਜੈਸਕਾ ਜੀ ਨੇ ਦੀਆਂ ਵਾ ਹਰ ਵਾਰੀ ਜੈਸਕਾ ਜੀ ਨੇ ਪਨ ਹਾਂਜੀ ਪਾ ਲਓ ਪਰ ਮੈਂ ਰੱਖਣੀ ਨਹੀਂ ਕਿਸੇ ਤੇ ਬੰਦ ਨਹੀਂ ਪਾਇਆ ਤਾਂ ਚਲੋ ਆਸਕਰ ਹੋ ਗਿਆ ਇੱਕ ਸਾਹ ਨਾਲ ਮੈਨੂੰ ਨਾ ਚਾਰ ਚਲੋ ਆਸਕਰ ਉਹਦੇ ਬੰਦ ਨੂੰ ਕੁਛ ਨਾ ਅਸ਼ਿਆ ਸੌਰੀ ਆਸਕਰ ਦੇ ਬੰਦ ਨੂੰ ਮੈਨੂੰ ਉਹ ਚੀਜ਼ ਖੁਸ਼ੀ ਬਹੁਤ ਆ ਮੈਂ ਉਹਦੇ ਕਿਸੇ ਨਹੀਂ ਬੰਦ ਨਹੀਂ ਪਾਵਨ ਦੀ ਕਹਿੰਦੇ ਨੇ ਮੈਂ ਮਠਾਈ ਇੱਕ ਪਲੇਟ ਚ ਰੱਖੋ ਪਰ ਜਿੱਪਾਂ ਦੀ ਕਹਿੰਦੀ ਮੈਂ ਤਾਂ ਆਪਦੀ ਸਪੈਸ਼ਲ ਮਠਾਈ ਲੈ ਕੇ ਆਈ ਨੇ ਗੁਰੂ ਨਾਨਕ ਬੇਕਰੀ ਦੀ ਕਹਿੰਦੇ ਮੈਂ ਆਪਦੀ ਅੱਡ ਪਾਉਣੀ ਆ ਪਿੰਕ ਰੰਗ ਵਾਲੀ ਹੈ ਨਾ ਬਹੁਤ ਸੋਹਣੀ ਨੀਤੂ ਨੀ ਮੰਨਣੀ ਰਾਜਦੀਪ ਦੇ ਅੱਜ ਰੱਖੜੀ ਅੱਜ ਹੀ ਮਨਾ ਲਈਆਂ ਫਿਰ ਸਾਰਿਆਂ ਨੇ ਪਿੰਕ ਵੀ ਰੱਖਣਾ ਵੀ ਅਗਲੇ ਨੇ ਅਗਲੇ ਨਾਲ ਭਰਾ ਬਾਰੇ ਪਤਾ ਹੋਊਗਾ ਕਿ ਨਹੀਂ ਸਾਰੀ ਬਰਫੀ ਅੱਜ ਹੀ ਵੀਰਾ ਤੇਰਾ ਡਾਈਟਿੰਗ ਤੇ ਆ ਮੈਂ ਨਿੱਕੇ ਨਿੱਕੇ ਜਵਾਕਾਂ ਨੇ ਉਹ ਕਰਨੀਆਂ ਨਾ ਚਲੋ ਉਹ ਜਿਵੇਂ ਪਵਨ ਦੀ ਵਾਲੀ ਪਲੇਟ ਸਾਡੀ ਰੱਖਣੀ ਦੇ ਵਧਾਈਆਂ ਦੇ ਦਿੱਤੀਆਂ ਵੀ ਸਾਰੇ ਜਿਹੜੇ ਬਾਹਰ ਜਾਣ ਲੱਗਿਆ ਚਲੋ ਚਲੋ ਮੰਮਾ ਤੇਰੀ ਦੇਖੀ ਤੂੰ ਸੋਹਣੀ ਲੱਗਦੀ ਚੱਲ ਸੁਣਾ ਚਲੋ ਬੰਨੋ ਰੱਖੜੀ ਬੰਨਦੀ ਆਸਕਰ ਨੇ ਬੰਨਦੀ ਨਾਲੇ
ਖਾਂਦੀ ਰੱਖੜੀ ਬਈ ਸਾਰਿਆਂ ਦੀ ਰੱਖੜੀ ਵਧੀਆ ਵਧੀਆ ਹੋਵੇ ਤੇ ਸਾਡੇ ਘਰ ਦਾ ਚੀਕ ਚਿੰਗਾੜਾ ਬਹੁਤ ਸਾਰੇ ਜਵਾਕ ਨੇ ਮੈਂ ਆਸ ਕਰਦੇ ਪਹਿਲਾਂ ਵਧਣੀ ਤੇ ਥੋੜੇ ਜਿਹੇ ਦਿਨ ਜੋਤੀ ਇਧਰ ਹੋਇਆ ਪਿੱਛੇ ਜੀ ਅੱਜ ਆਸਕਰ ਦੀ ਸੈਕਿੰਡ ਟਾਈਮ ਰੱਖੜੀ ਸੀਗੀ ਇੱਕ ਪਾਸੇ ਮਾਨਕ ਨੇ ਬੰਨ੍ਹ ਇੱਕ ਪਾਸੇ ਸ਼ਨੈਲ ਨੇ ਦੋਨੇ ਜਿਹੜੇ ਪਿਆਰ ਕਰ ਲੂ ਵੀਰੇ ਨੂੰ ਕਦੇ ਵੀ ਪੱਬੂ ਵੀ ਹੱਥ ਜਾ ਗਿਆ ਮਿੱਠਾ ਵੀ ਖਵਾਤਾ ਹੁਣ ਕਿਹਦੀ ਟਾਈਮ ਨਾ ਮੋਹਣ ਲੱਗੂਗਾ ਇੱਕ ਬੰਨ ਪੁੱਤ ਆਸਕਰ ਦੇ ਬੰਨਣੀ ਆ ਲਿਆ ਮੈਂ ਬੰਨ ਦਿੰਦੀ ਚੱਲ ਕੋਈ ਨਾ ਆਸਕਰ ਪਿੰਡਾਂ ਨੂੰ ਮੈਨੂੰ ਪਤਾ ਨਹੀਂ ਰੱਖੜੀ ਰਨ ਫਤਿਹ ਹੋਏ ਕਿੱਥੇ ਗਿਆ ਮੈਨੂੰ ਤਾਂ ਲੱਗਦਾ ਨੀ ਵੀ ਤੁਹਾਨੂੰ ਕੁਛ ਅੱਜ ਸਮਝ ਲੱਗੂਗਾ ਹਨਾ ਵੀ ਕੌਣ ਕਿਹਦੇ ਰੱਖੜੀ ਬੰਨੀ ਜਾਂਦਾ ਇੰਨੇ ਬੱਚੇ ਸਾਰਿਆਂ ਨੇ ਦੋ ਦੋ ਤਿੰਨ ਤਿੰਨ ਬੱਚੇ ਆ ਤੇ ਸਾਰੇ ਪੂਰਾ ਚੀਂ ਚੀਂ ਕਰੀ ਜਾਂਦੇ ਨੇ ਆ ਮਾਨਤ ਕਹੀ ਜਾਂਦੇ ਮੈਂ ਬੰਨਣੀ ਆ ਉਹ ਆਪਦੀ ਮੰਮੀ ਨੂੰ ਹੈਲਪ ਭਾਲਦੀ ਨਹੀਂ ਉਹਦੀ ਮੰਮੀ ਕਹਿੰਦੀ ਆ ਪਵਨ ਦੀ ਵੀ ਮੈਂ ਬੰਨ ਦਿੰਦੀ ਹਾਂ ਤੇਰੀ ਹੈਲਪ ਕਰਾ ਦਿੰਦੀ ਕਹਿੰਦੀ ਮੈਂ ਆਪੇ ਬੰਨੂ ਫਿਰ ਬੰਨੀ ਨਹੀਂ ਜਾਂਦੀ ਫਿਰ ਰੋਂਦੀ ਆ ਲੇਕਿਨ ਬੱਚਿਆਂ ਨਾਲ ਤਾਂ ਨਾ ਇੰਨਾ ਔਖਾ ਰੱਖੜੀ ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ ਕਿ ਸਾਡੇ ਘਰੇ ਕਿੰਨਾ ਚੀਂ 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 ਹੋਇਆ ਹਨਾ ਤੁਹਾਨੂੰ ਮੈਨੂੰ ਲੱਗਦਾ ਵਲੌਗ ਦੇ ਵਿੱਚ ਵੀ ਆਵਾਜ਼ਾਂ ਆਉਂਦੀਆਂ ਹਨਾ ਹਾਂ ਮੈਂ ਕਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਐਕਸਪਲੇਨ ਕਰਦਾ ਵਾ ਇਹ ਅਰਨਵ ਵਾ ਸ਼ਨੈਲ ਨੇ ਅਰਨਵ ਦੇ ਬੰਨੀ ਰਨ ਫਤਿਹ ਦੇ ਬੰਨੀ ਆਸਕਰ ਦੇ ਬੰਨੀ ਅਤੇ ਹੁਣ ਇਹਨੂੰ ਪਿਆਰ ਕਰਦੇ ਆ ਜੱਫੀ ਪਾਪਾ ਮਿਲਦੇ ਆ ਅਰਨਵ ਇਹ ਸਾਰਿਆਂ ਦਾ ਵੱਡਾ ਵੀਰ ਆ ਸਭ ਤੋਂ ਵੱਡਾ ਸਾਡੀ ਫੈਮਿਲੀ ਦੇ ਵਿੱਚ ਅਰਨਵ ਆ ਸੋ ਬਈ ਅਸੀਂ ਹੁਣ ਬੱਚਿਆਂ ਦਾ ਕੰਮ ਹੋ ਗਿਆ ਡਨ ਹੁਣ ਵੱਡੇ ਵੱਡੇ ਵੀ ਬੰਨਣਗੇ ਅਤੇ ਜੈਸਿਕਾ ਜੰਨਤ ਵੀ ਰਹਿ ਗਈਆਂ ਸੀਗੀਆਂ ਹਾਲੇ ਅਰਨਵ ਦੇ ਬੰਨਣ ਕਰੀਓ ਸੋ ਸਾਰੇ ਬੱਚਿਆਂ ਦਾ ਅਸੀਂ ਪਹਿਲਾਂ ਡਨ ਕਰਤਾ ਵੱਡਿਆਂ ਦਾ ਬਾਅਦ ਚੋਂ ਡਨ ਕਰਾਂਗੇ ਚਲੋ
ਹੁਣ ਹੋ ਗਿਆ ਜੀ ਰੋਟੀ ਦਾ ਟਾਈਮ, ਬਹੁਤ ਟਾਈਮ ਹੋ ਗਿਆ ਸਾਨੂੰ ਗੱਲਾਂ ਬਾਤਾਂ ਮਾਰਦਿਆਂ ਨੂੰ, ਬਹੁਤ ਗੱਲਾਂ ਬਾਤਾਂ ਮਾਰੀਆਂ ਅੱਜ ਅਸੀਂ ਕਾਫੀ ਟਾਈਮ ਮਗਰੋਂ ਇਕੱਠੇ ਹੋਏ ਸੀਗੇ। ਹਾਂ ਸਾਡਾ ਰੋਟੀ ਵਾਲਾ ਡੱਬਾ ਮੈਂ ਨਵਾਂ ਮੰਗਾਇਆ ਸੀਗਾ, ਪਹਿਲਾਂ ਇਹਦੀ ਵੀਡੀਓ ਪਾਈ ਹੋਈ ਆ, ਹੁਣ ਫਿਰ ਪੁੱਛਿਓ ਨਾ ਵੀ ਕਿੱਥੋਂ ਮੰਗਾਇਆ ਸੀਗਾ। ਅਤੇ ਦਾਲ ਬਣਾਈ ਸੀ, ਮਿਕਸ ਵੈਜੀ ਬਣਾਈ ਸੀ, ਸੈਲਡ ਰਾਇਤਾ, ਬਹੁਤ ਜ਼ਿਆਦਾ ਟੇਸਟੀ ਟੇਸਟੀ, ਅਤੇ ਮਠਿਆਈਆਂ ਪਈਆਂ ਨੇ ਆਪਣੀਆਂ ਸਾਰੀਆਂ। ਕਿੱਦਾਂ ਡੈਡੀ ਜੀ? ਠੀਕ ਹੈ, ਵਧੀਆ ਰਹੀ ਰੱਖੜੀਆਂ ਤੁਹਾਡੀਆਂ? ਵਧੀਆ, ਤੁਸੀਂ ਫਿਰ ਬੀਸੀ ਜਾ ਕੇ ਬਣਾਓ? ਬੀਸੀ ਬਜਾ ਕੇ ਬਣਾਵਾਂਗੇ ਭਰਾਵੋ। ਠੀਕ ਹੈ, ਮਾਸੜ ਜੀ ਕਿੱਥੋਂ ਬਣਾਉਣਗੇ? ਮਾਸੜ ਜੀ ਭੈਣ ਹੈ ਨਹੀਂ ਨਾ? ਮਾਸੜ ਤੁਹਾਡੇ ਕੋਈ ਬੰਦ ਹੁੰਦਾ ਫਿਰ ਰੱਖੜੀ? ਆਹੋ, ਤੇ ਭੂਆ ਦੀਆਂ ਕੁੜੀਆਂ ਬੰਨ ਲੈਂਦੇ। ਇੰਡੀਆ ਇੱਥੇ ਨਹੀਂ ਬੰਦਾ ਕੋਈ? ਬੇਗਾਰੀ ਬੰਨਣ ਆਉਂਦੀਆਂ ਉਹ। ਇੱਥੇ ਨਹੀਂ ਬੰਦਾ ਕੋਈ? ਓਕੇ ਵੀ ਬਾਏ, ਰੱਖੜੀਆਂ ਦਾ ਪ੍ਰੋਗਰਾਮ ਹੋ ਗਿਆ ਓਵਰ। ਕਿਵੇਂ ਲੱਗਿਆ ਵੀ ਰੱਖੜੀਆਂ ਦਾ ਪ੍ਰੋਗਰਾਮ? ਕਿਵੇਂ ਲੱਗਿਆ ਇੱਧਰ ਤਾਂ ਦੋਸਤ ਦੋਸਤ? ਓਕੇ ਬਾਏ ਬਾਏ। ਤੁਹਾਨੂੰ ਫੜਾ ਗਈ ਸੀ ਜੈਸਕਾ ਚਾਬੀ? ਭੱਜ ਲਓ ਭੱਜ ਲਓ, ਜਾਓ ਜਾਓ ਬਈ, ਜਾਓ ਜਾਓ। ਅੱਜ ਰਿਕਾਰਡ ਬਣਾਤਾ ਸੀ, ਅੱਜ 12 ਵਜੇ ਤੋਂ ਪਹਿਲਾਂ ਹਿੱਲ ਗਏ, ਅੱਜ 11:59 ਤੇ ਸਾਰੇ ਜਣੇ ਕਹਿੰਦੇ ਅਸੀਂ ਜਾਂਦੇ ਆ। ਬਾਏ ਗਾਇਸ, ਰੱਖੜੀ ਬਹੁਤ ਵਧੀਆ ਮੰਨ ਰਹੀ ਆ ਬਈ ਸਾਡੀ ਤਾਂ, ਵਧੀਆ ਹੋ ਗਿਆ, ਰੌਲਾ ਬਹੁਤ ਪਿਆ ਅੱਜ, ਪਰ ਚਲੋ ਗੁੱਡ ਹੋ ਗਿਆ। ਬਾਏ ਰਾਜਦੀਪ ਜੀ, ਜਿਹੜੀ ਆਪਣੇ ਫਰੈਂਡ ਨੂੰ ਬਾਏ ਤਾਂ ਕਰ ਦੇ, ਬੈਸਟ ਫਰੈਂਡ ਨੂੰ ਬਾਏ। ਸ਼ਨੈਲ ਤੂੰ ਬਾਏ ਕਰਤੀ ਸਾਰਿਆਂ ਨੂੰ? ਕੀਤੀ ਨੀ ਐ ਸ਼ਨੈਲ?